ਸਤਿ ਸ੍ਰੀ ਅਕਾਲ ਜੀ ਐਂਡ ਪਿਆਰਪਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਜਬੀਰ ਬਾਬਾ ਜੀ ਔਰ ਤੁਸੀਂ ਦੇ ਕਰਿਓ ਰੇਡੀਓ ਸਾਇਡਿਆਲਾ ਰੇਡੀਓ ਸਾਇਡਿਆਲਾ ਆਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਜ਼ਿਆਦਾ ਦੇਖਿਆ ਔਰ ਸੁਣਿਆ ਜਾਣ ਵਾਲਾ ਰੇਡੀਓ ਹੈ ਜੀ ਜੀ ਹਾਂ ਜੀ ਕਦੀ ਰੇਡੀਓ ਸੁਣੇ ਜਾਂਦੇ ਸੀ ਹੁਣ ਅੱਜ ਕੱਲ ਡਿਜੀਟਲ ਦੁਨੀਆ ਦੇਖੇ ਵੀ ਜਾ ਸਕਦੇ ਨੇ ਐਫ ਬੀ ਦੇ ਥਰੂ ਜਾਂ ਯੂਟਿਊਬ ਦੇ ਥਰੂ ਵੀ ਪ੍ਰੋਗਰਾਮ ਚੱਲਦੇ ਨੇ ਤੋ ਸੋ ਇਹ ਕਾਰਜ ਜਿਹੜਾ ਅਸੀਂ ਅੱਜ ਬਹੁਤ ਹੀ ਇੱਕ ਜ਼ਬਰਦਸਤ ਸਟੋਰੀ ਹੈ ਜਿਹੜੀ ਕਿ ਕਹਿ ਲਵੋ ਤੁਸੀਂ ਕਿ ਵਿਛੋੜੇ ਦੇ ਨਾਮ ਤੋਂ ਅਸੀਂ ਸ਼ੁਰੂ ਕੀਤਾ ਸੀ ਪ੍ਰੋਗਰਾਮ ਤੇ ਵਿਛੋੜੇ ਦੇ ਵਿੱਚ ਅਸਲ ਵਿੱਚ ਬੇਸ ਕੀ ਸੀ ਉਹਨਾਂ ਲੋਕਾਂ ਨੂੰ ਆਪਣੀ ਮਿੱਟੀ ਦੇ ਨਾਲ ਮਿਲਾਉਣਾ ਜਾਂ ਜਿਹੜੇ ਲੋਕ ਆਪਣੀ ਮਿੱਟੀ ਦੀ ਯਾਦ ਦੇ ਵਿੱਚ ਤੜਪਦੇ ਪਏ ਨੇ ਪਿਛਲੇ 75 ਵਰਿਆਂ ਤੋਂ ਠੀਕ ਹੈ ਸਾਡੇ 7 ਕਹਿ ਲਵੋ ਤੁਸੀਂ ਟਿਕਟਸ ਕੁਜ਼ਰ ਗਏ ਲੇਕਿਨ ਉਹਨਾਂ ਲੋਕਾਂ ਦੀ ਪਿਆਸ ਨਹੀਂ बुझी ਉਹ ਤਸ਼ਨਗੀ ਨਹੀਂ 부ਜੀ ਤੇ ਅੱਜ ਮੇਰੇ ਕੋਲ ਐਸੀ ਹੀ ਇੱਕ ਛੂਤੀ ਕਹਾਣੀ ਹੈ ਮੇਰੇ ਨਾਲ ਇਸ ਵੇਲੇ ਬੈਠੇ ਹੋਏ ਨੇ ਮਲਹੋਤਰਾ ਫੈਮਿਲੀ ਦੇ ਇੱਕ ਸਪੂਤ ਔਰ ਹੈਰਾਨ ਕੁਨ ਗੱਲ ਹੈ ਕਿ ਇਸ ਜਿਹੜਾ ਸਕੂਲ ਹੈ ਜ਼ਰਾ ਇੱਕ ਵਾਰੀ ਨਜ਼ਰ ਮਾਰੋ ਐਡਾ ਸਕੂਲ ਹੈ ਇਹਦਾ ਨਾਮ ਹੈ ਗਵਰਨਮੈਂਟ ਹਾਈ ਸਕੂਲ ਹਰਨਾਲ ਜਿਹੜਾ ਕਿ ਕਦੀ ਗਵਰਨਮੈਂਟ ਪ੍ਰਾਇਮਰੀ ਸਕੂਲ ਹਰਨਾਲ ਸੀ ਫਿਰ ਗਵਰਨਮੈਂਟ ਮਿਡਲ ਸਕੂਲ ਹਰਨਾਲ ਹੋਇਆ ਫਿਰ ਗਵਰਨਮੈਂਟ ਹਾਈ ਸਕੂਲ ਹਰਨਾਲ ਹੋਇਆ ਤਹਿਸੀਲ ਗੁਜਰਖਾਨ ਡਿਸਟ੍ਰਿਕਟ ਰਾਵਲਪਿੰਡੀ ਕਦੇ ਮਤਲਬ ਕਿ ਜੇਲਮ ਡਿਵੀਜ਼ਨ ਵਿੱਚ ਸੀ ਹੁਣ ਆ ਕੇ ਕਹਿ ਲਵੋ ਤੁਸੀਂ ਕਿ ਜਦੋਂ ਤਹਿਸੀਲਾਂ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ ਡਿਸਟ੍ਰਿਕਟ ਵੀ ਜਿਹੜੇ ਨੇ ਛੋਟੇ-ਛੋਟੇ ਵੰਡੇ ਜਾ ਰਹੇ ਨੇ ਆਬਾਦੀ ਦੀ وجہ ਨਾਲ ਕਿ ਆਬਾਦੀ ਵੱਧ ਰਹੀ ਹੈ ਤੇ ਇਹ ਜਗ੍ਹਾ ਜਿਹੜੀ ਹੈ ਉਹ ਤੁਸੀਂ ਅਗਰ ਜਿੱਥੇ ਤੁਸੀਂ ਦੇਖੋ ਤੇ ਤਾਰੀਖੀ ਤਤਾਂ ਦੇ ਵਿੱਚ ਅਗਰ ਦੇਖੋ ਤੇ ਨਾਨਕ ਚੰਦ ਮਲਹੋਤਰਾ ਅਕਾ ਮਾਸਟਰ ਤਾਰਾ ਸਿੰਘ ਦੇ ਸਕੂਲ ਦੇ ਵਿੱਚ ਅਸੀਂ ਬੈਠੇ ਹੋਏ ਆਂ ਅਸੀਂ ਪਹਿਲੇ ਵੀ ਦੋ ਪ੍ਰੋਗਰਾਮ ਕਰ ਚੁੱਕੇ ਹਾਂ ਕੇ ਟੂ ਟੀਵੀ ਵੀ ਬਕਾਇਦਾ ਡਿਸਟ੍ਰਿਕਟ ਡਾਇਰੀ ਦੇ ਅੰਦਰ ਅਸੀਂ ਡਿਸਕਸ਼ਨ ਕੀਤੀ ਸੀ ਇਸ ਸਕੂਲ ਦੀ ਇੰਪੋਰਟੈਂਸ ਬਾਰੇ 노 ਡਾਊਟ ਕਿ 47 ਦੇ ਵੇਲੇ ਇੱਕ ਵੱਡਾ ਨਾਮ ਸੀ ਇਹ ਸਕੂਲ ਦਾ ਜਿਹਦੀ ਕਿ ਦਿੱਲੀ ਤੱਕ ਛਣਵਾਈ ਸੀ ਔਰ ਚਰਚਾ ਸੀ ਬ੍ਰਿਟਿਸ਼ ਸਰਕਾਰ ਜਦੋਂ ਵੀ ਕੋਈ ਭਰਤੀ ਕਰਦਾ ਸੀ ਕੈਪਟਨ ਆਨਰਲੀ ਕੈਪਟਨ ਜਿਹੜੇ ਭਰਤੀ ਹੁੰਦੇ ਸਨ ਜਾਂ ਸੂਬੇਦਾਰ ਭਰਤੀ ਹੁੰਦੇ ਸਨ ਵਾਹਿਦ ਇਹ ਪਿੰਡ ਹੈ ਔਰ ਇਹ ਸਕੂਲ ਹੈ ਕਿ ਜਿਨ੍ਹਾਂ ਦਾ ਕੋਈ ਇੰਟਰਵਿਊ ਟੈਸਟ ਨਹੀਂ ਸੀ ਹੁੰਦਾ ਸਰਟੀਫਿਕੇਟ ਦੇਖਿਆ ਜਾਂਦਾ ਸੀ ਕਿ ਗੋਕਲ ਚੰਦ ਦੇ ਸਕੂਲ ਦਾ ਹੈ ਤਾਂ ਉਹਨੂੰ ਰਾਮ ਦੇ ਨਾਲ ਕਹਿ ਲਵੋ ਤੁਸੀਂ ਕਿ ਨਾਨ ਕਮਿਸ਼ਨ ਅਫੀਸਰ ਜਿਹੜਾ ਸੀ ਉਹ ਪ੍ਰਤੀ ਹੋ ਜਾਂਦੇ ਸੀ ਜੂਨੀਅਰ ਕਮਿਸ਼ਨ ਅਫੀਸਰ ਵੀ ਕਹਿ ਲਵੋ ਤੁਸੀਂ ਇੱਥੋਂ ਪ੍ਰਤੀ ਹੁੰਦੇ ਸੀ ਉਹ ਰੈਸ ਧਰਤੀ ਨੇ ਪਾਕਿਸਤਾਨ ਬਣਨ ਤੋਂ ਬਾਅਦ ਵੀ ਬਹੁਤ ਜ਼ਿਆਦਾ ਸਾਰੇ ਕਮਿਸ਼ਨ ਅਫੀਸਰ ਦਿੱਤੇ ਜਿਹੜੇ ਕਿ ਜਨਰਲ ਰੈਂਕ ਤੱਕ ਗਏ ਇੱਥੇ ਸੋ ਇਹ ਧਰਤੀ ਜਿਹੜੀ ਹੈ ਬਹੁਤ ਹੀ ਗੁੜੀ ਕੋਈ ਹੈ ਔਰ ਬਹੁਤ ਰਿਚ ਧਰਤੀ ਹੈ ਇਸ ਵਾਸਤੇ ਤਾਂ ਪਹਿਲੇ ਤਾਰਫ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪੋਟੋਹਾਰ ਰੀਜਨ ਨਾਰਥ ਵੈਸਟ ਪੰਜਾਬ ਸੈਕਿੰਡ ਲਾਸਟ ਡਿਸਟ੍ਰਿਕਟ ਦੇ ਵਿੱਚ ਇਸ ਵੇਲੇ ਅਸੀਂ ਬੈਠੇ ਹੋਏ ਹਾਂ ਪੰਜਾਬ ਦੇ ਅੰਦਰ ਹਲਕਾ ਹਲਕੇ ਪਹਾੜ ਹਲਕੇ ਹਲਕੇ ਮੈਦਾਨ ਔਰ ਬੋਣਾਂ ਦੀਆਂ ਸੰਗਣੀਆਂ ਛਾਵਾਂ ਦੇ ਵਿੱਚ ਵਸਿਆ ਹੋਇਆ ਮੇਰਾ ਖਿੱਤਾ ਪੋਟੋਹਾਰ ਮੈਂ ਉੱਥੇ ਬੈਠਾ ਹਾਂ ਇਸ ਵੇਲੇ ਤੇ ਮੈਂ ਜਿਸ ਤਰ੍ਹਾਂ ਕਿ ਮੈਂ ਮਲਹੋਤਰਾ ਕੋਸ ਦੀ ਗੱਲ ਕਰ ਰਿਹਾ ਸੀ ਕਲੇਨ ਦੀ ਗੱਲ ਕਰ ਰਿਹਾ ਸੀ ਕੈਸੀ ਗੱਲ ਹੈ ਕਿ ਮੇਰੇ ਸੱਜੇ ਪਾਸੇ ਬੈਠੇ ਹੋਏ ਵੀਰ ਜਿਹੜੇ ਨੇ ਵਾਸੀਫ ਮਲਹੋਤਰਾ ਜੀ ਜਿਹੜੇ ਨੇ ਇਹ ਮੁਸਲਮਾਨ ਨੇ ਮੇਰੇ ਖੱਬੇ ਪਾਸੇ ਬੈਠੇ ਹੋਏ ਅਰਵਿੰਦਲ ਮਲਹੋਤਰਾ ਜੀ ਜਿਹੜੇ ਬੈਠੇ ਹੋਏ ਨੇ ਉਹ ਇੱਕ ਸਿੰਘ ਨੇ ਸਰਦਾਰ ਨੇ ਇੱਕੋ ਦਾਦੇ ਦੀ ਔਲਾਦ ਹੈ ਇਹ ਤਾਏ ਦਾ ਪੁੱਤਰ ਹੈ ਇਹ ਚਾਚੇ ਦਾ ਪੁੱਤਰ ਹੈ ਚਾਚੇ ਦਾ ਪੁੱਤਰ ਸਿੰਘ ਹੈ ਔਰ ਤਾਏ ਦਾ ਪੁੱਤਰ ਜਿਹੜਾ ਹੈ ਉਹ ਮੁਸਲਮਾਨ ਹੈ ਮੈਂ ਕਵਾਂਗਾ ਕਿ 75 ਵਰਿਆਂ ਦੀ ਜੀ ਹੈ ਮੁਸਾਫਤ ਤਿਆਰ ਕਰਕੇ ਅੱਜ ਇਹ ਚਾਚੇ ਤਾਏ ਦੇ ਪੁੱਤਰ ਜਿਹੜੇ ਨੇ ਆਪਸ ਦੇ ਵਿੱਚ ਮਿਲੇ ਨੇ ਔਰ ਅਸੀਂ ਬੇਸ ਅੱਜ ਰੱਖੀ ਹੈ ਹਰਨਾਲ ਸਕੂਲ ਸਾਡੇ ਨਾਲ ਮੌਜੂਦ ਨੇ ਹੈਡਮਾਸਟਰ ਸਾਹਿਬ ਮੁਹੰਮਦ ਰਫੀਕ ਸਾਹਿਬ ਆਲਵੇਸ ਸਾਡੇ ਨਾਲ ਹੁੰਦੇ ਨੇ ਪ੍ਰੋਗਰਾਮਸ ਦੇ ਵਿੱਚ ਔਰ ਬੜਾ ਹੀ ਅੱਛਾ ਲੱਗਦਾ ਹੈ ਕਿ ਕਦੀ ਵੀ ਅਸੀਂ ਅਚਾਨਕ ਕਦੀ ਵੀ ਇਹਨਾਂ ਨੂੰ ਫੋਨ ਕਰਕੇ ਨਹੀਂ ਆਏ ਲੇਕਿਨ ਜਦੋਂ ਵੀ ਆਏ ਆ ਸਾਨੂੰ ਖੁੱਲੀਆਂ ਬਾਵਾਂ ਦੇ ਨਾਲ ਜੀ ਆਇਆਂ ਨੂੰ ਵੈਲਕਮ ਤੇ ਹਰ ਕਦੇ ਆਓ ਕਰਦੇ ਨੇ ਇੱਥੇ ਤੇ ਮੈਂ ਕਵਾਂਗਾ ਕਿ ਇਹ ਇਸ ਧਰਤੀ ਦਾ ਪਿਆਰ ਹੈ ਇਸ ਮਿੱਟੀ ਦਾ ਪਿਆਰ ਹੈ ਸਾਡੇ ਨਾਲ ਬਾਕੀ ਟੀਚਰਜ਼ ਹਜ਼ਰਤ ਵੀ ਬੈਠੇ ਹੋਏ ਨੇ ਇੱਥੇ ਹੀ ਕਲਚਰ ਨਾਲ ਜੁੜੇ ਹੋਏ ਸਾਈ ਹਰੀ ਬੈਠੇ ਹੋਏ ਨੇ ਜਿਨ੍ਹਾਂ ਨੇ ਪੋਠੋਹਾਰੀ ਸ਼ਾਇਰੀ ਕੀ ਬਾਤ ਹੈ ਜੀ ਮिन्नੂ ਤਾਂ ਬਹੁਤ ਪਸੰਦ ਆ ਮੈਂ ਲਾਹੌਰ ਤੋਂ ਜਦੋਂ ਆਇਆ ਤੇ ਸਭ ਤੋਂ ਪਹਿਲੇ ਜਿਹੜੀ ਚੀਜ਼ ਨੇ ਪੋਠੋਹਾਰ ਦੀ ਲੈਂਡ ਤੋਂ ਬਾਅਦ ਮੈਨੂੰ ਟਰੈਕ ਕੀਤਾ ਤੇ ਉਹ ਪੋਠੋਹਾਰੀ ਸ਼ਾਇਰੀ ਸੀ ਪੋਠੋਹਾਰੀ ਬੈਤ ਸਨ ਪੋਠੋਹਾਰੀ ਸ਼ੇਅਰ ਸਨ ਉਹਦੇ ਵਿੱਚ ਜਿਹੜਾ ਹੀਜਰ ਔਰ ਵਿਛੋੜਾ ਉਹ ਮੇਰੀ ਪਹਿਲੀ ਚਾਹਤ ਹੈ ਉਹ ਮੈਂ ਮੇਰੀ ਮੈਨੂੰ ਬਹੁਤ ਉਹਨਾਂ ਪਿਆਰ ਹੈ ਆਪਾਂ ਅੱਜ ਇੱਕ ਹੋਰ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਅਰਵਿੰਦਰ ਮਲਹੋਤਰਾ ਜੀ ਦੇ ਨਾਲ ਜਿਨ੍ਹਾਂ ਦੀ ਪਹਿਲੀ ਜਨ ਨੇ ਤੇ ਪਾਕਿਸਤਾਨ ਦੁਬਾਰਾ ਨਾ ਦੇਖਿਆ ਨਾਰਥ-ਵੈਸਟ ਪੰਜਾਬ ਨਾ ਦੇਖਿਆ ਇਹਨਾਂ ਦਾ ਤੱਲਕ ਡੁਮੇਲੀ ਡਿਸਟ੍ਰਿਕਟ ਜੇਲਮ ਦੇ ਨਾਲ ਹੈ ਜਿੱਥੇ ਇਹਨਾਂ ਦੇ ਪੁਰਖ ਪੈਦਾ ਹੋਏ ਸਨ ਇਹਨਾਂ ਦੇ ਦਾਦਾ ਜੀ ਦੇ ਸੱਤ ਪੁੱਤਰ ਸਨ ਉਹਨਾਂ ਚੋਂ ਇੱਕ ਪੁੱਤਰ ਮੁਸਲਮਾਨ ਹੋਇਆ ਸੀ ਬਾਕੀ ਦੇ ਘਾਣੀ ਸੀ ਭਾਈ ਅਰਵਿੰਦਰ ਮਲਹੋਤਰਾ ਜੀ ਤੋਂ ਖੁਦ ਪੁੱਛਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਹੀਰੋ ਚਾਤ ਜਾਦੇ ਜਨਮ ਲਿੱਤਾ ਉਸ ਤੋਂ ਬਾਅਦ ਵੋਸ ਸੰਭਾਲ ਲਈ ਤੇ ਸੁੰਦੇ ਸੀ ਵੀ ਸਾਡੇ ਦਾਦਕੇ ਇੱਥੋਂ ਦੋਮੇਲੀ ਪਿੰਡ ਤੋਂ ਸੀਗੇ ਡਿਸਟ੍ਰਿਕਟ ਜੇਲਮ ਤੋਂ ਤੇ ਕਹਾਣੀਆਂ ਸੁੰਦੇ ਹੁੰਦੇ ਸੀ ਤੇ ਬਰਜੂਂਜੂ ਵੱਡੇ ਹੋਏ ਯੂ نو ਥੋੜੀ ਮਾਨਸਿਕ ਜਗ੍ਹਾ ਸਜ ਆ ਗਈ ਕਿ ਯੂ نو ਕਦੀ ਜਾ ਕੇ ਦੇਖਾਂਗੇ ਕਦੀ ਪਰ ਇਹ ਕਦੀ ਸਮਝ ਨਹੀਂ ਸੀ ਆਉਂਦਾ ਵੀ ਕਿੱਦਾਂ ਜਾਵਾਂਗੇ ਕਿਸ ਤਰ੍ਹਾਂ ਹੋਏਗਾ ਪਹਿਲੇ ਮੈਂ ਇੰਡੀਆ ਸੀ ਬੜੇ ਸਾਲ ਤੇ ਫਿਰ ਮੈਂ ਅਮਰੀਕਾ ਚਲਾ ਗਿਆ ਤੇ ਇਹ अबाउट 2 4 14 15 ਦੀ ਗੱਲ ਹੈ ਕਿ ਮੇਰਾ ਸ਼ਾਈ ਸਾਬ ਨਾਲ ਰਾਫਤਾ ਹੋਇਆ ਥਰੂ ਇਹਨਾਂ ਦੇ ਜਿਹੜੇ ਵੀਡੀਓਜ਼ ਵੈਰਾ ਪਾਉਂਦੇ ਨੇ ਤੇ ਉਹਦੇ ਥਰੂ ਹੈਰੀਟੇਜ ਦੇ ਬਾਰੇ ਪਤਾ ਲੱਗਿਆ ਵੀ ਕਿੰਨਾ ਕੁਛ ਪੰਜਾਬ ਦੇ ਵਿੱਚ ਇਧਰਲੇ ਪਾਸੇ ਹੈਗਾ ਜਿਹੜਾ ਵੰਡ ਦੇ ਕਰਕੇ ਇਧਰ ਰਹਿ ਗਿਆ ਜਿਹੜਾ ਸਾਨੂੰ ਐਕਸੈਸਿਬਲ ਨਹੀਂ ਸੀ ਤੇ ਇਹਨਾਂ ਨੇ ਸਾਨੂੰ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਤੇ ਮਨ ਦੇ ਵਿੱਚ ਇੱਕ ਜਿਗਿਆਸਾ ਪੈਦਾ ਹੋਈ ਕਿ ਕਿਸੇ ਟਾਈਮ ਮੇ ਵੀ ਅਸੀਂ ਵੀ ਜਾ ਕੇ ਦੇਖਾਂਗੇ ਫਿਰ ਕਿਸ ਇਹ ਆਏ 2016 ਵਿੱਚ ਉੱਥੇ ਅਫਰੀਕਾ ਆਏ ਉੱਥੇ ਮੁਲਾਕਾਤ ਹੋਈ ਸਾਡੇ ਕੋਲ ਰਹੇ ਤੇ ਤਦ ਦਾ ਮੈਂ ਸੋਚਦਾ ਸੀ ਵੀ ਕਦੇ ਚੱਕਰ ਲਗਾ ਆਂਗਾ ਮੈਂ ਪਾਕਿਸਤਾਨ ਦਾ ਤੇ ਇਹ ਰੱਬ ਨੇ ਮਿਹਰ ਕੀਤੀ ਕਿ ਇਹ ਹੁਣ ਮੌਕਾ ਮਿਲਿਆ ਹੈ ਤੇ ਪਹਿਲੀ ਵਾਰੀ ਮੈਂ ਪਾਕਿਸਤਾਨ ਆਇਆ ਤੇ ਮੈਂ ਕਰਾਚੀ ਲੈਂਡ ਕੀਤਾ ਤੇ ਜਿੱਦਾਂ ਇਹਨਾਂ ਨੇ ਦੱਸਿਆ ਮੇਰੇ ਜਿਹੜੇ ਤਾਏ ਜੀ ਸੀ ਉਹਨਾਂ ਦੀ ਫੈਮਲੀ ਸਾਰੀ ਕਰਾਚੀ ਵਿੱਚ ਹੈ ਤੇ ਵਾਸੀ ਭਾਈ ਜਣ ਬੈਠੇ ਨੇ ਮੇਰੇ ਤੇ ਇਹ ਮੇਰੇ ਤਾਏ ਜੀ ਦੇ ਮੁੰਡੇ ਨੇ ਅਸੀਂ ਜਿਹੜੇ ਪਰਪੋਤਰਾ ਕਿ ਕਿਸ ਪਰਪੋਤਰਾ ਦਦ ਦਦ ਪੋਤਰਾ ਸੀ ਦਦ ਪੋਤਰਾ ਭਰਾ ਆਂ ਜਿਵੇਂ ਇੱਕੋ ਦਾਦੇ ਦੇ ਬੇਸਿਕਲੀ ਪੋਤਰੇ ਆ ਤੁਹਾਨੂੰ ਜੇ ਫੈਮਿਲੀ ਟਰੀ ਤੁਸੀਂ ਦੱਸ ਦਿਓ ਤਾਂ ਕਿ ਜਿਹੜੇ ਵੀ ਸਾਡੇ ਸੁਣਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਤੁਹਾਡਾ ਫੈਮਿਲੀ ਟਰੀ ਕੀ ਹੈ ਸੋ ਸਾਡੇ ਦਾਦਾ ਜੀ ਸੀਗੇ ਜੀ ਸਰਦਾਰ ਸੋਹਣ ਸਿੰਘ ਮਲੋਤਰਾ ਤੇ ਉਹ ਦੁਮੇਲੀ ਤੋਂ ਸੀਗੇ ਤੇ ਉਹਨਾਂ ਦੇ ਅੱਗੇ ਚਾਰ ਪੁੱਤਰ ਨੇ ਇੱਕ ਪੁੱਤਰ ਜਲਦੀ ਫੋਟ ਹੋ ਗਏ ਸੀਗੇ ਤੇ ਸਭ ਤੋਂ ਵੱਡੇ ਸੀ ਉਦਮ ਸਿੰਘ ਤੇ ਦੂਜੇ ਨੰਬਰ 'ਤੇ ਸੀਗੇ ਇਹਨਾਂ ਦੇ ਫਾਦਰ ਸਾਹਿਬ सुरेंद्र ਸਿੰਘ ਮਲੋਤਰਾ ਜਿਹੜੇ 47 ਦੇ ਵਿੱਚ ਜਦੋਂ ਫਿਰ ਇਹਨਾਂ ਨੇ ਇਸਲਾਮ ਕਬੂਲ ਕੀਤਾ ਤੇ ਉਹਨਾਂ ਦਾ ਨਾਮ ਫਿਰ ਸ਼ੇਖ ਮੁਹੰਮਦ ਇਸਮਾਇਲ ਖਾਨ ਸੀ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਸੀ ਨਰਿੰਦਰ ਸਿੰਘ ਮਲੋਤਰਾ ਤੇ ਫਿਰ ਇੱਕ ਛੋਟੇ ਚਾਚਾ ਜੀ ਨੇ ਸਾਡੇ ਮਨਜੀਤ ਸਿੰਘ ਮਲੋਤਰਾ ਸੋ ਚਾਰ ਭਰਾ ਤੇ ਪੰਜ ਭੂਆ ਨੇ ਮੇਰੀਆਂ ਸਾਰੇ ਇੰਡੀਆ ਚ ਨੇ ਤੇ ਇਹਨਾਂ ਦੇ ਫਾਦਰ ਸਾਹਿਬ ਸਾਡੇ ਤਾਇਆ ਜੀ ਇੱਕ ਵਾਰੀ ਆਏ ਸੀ ਇੰਡੀਆ 81 ਦੇ ਵਿੱਚ ਤੇ ਮੈਂ ਉਦੋਂ ਉਹਨਾਂ ਨੂੰ ਮਿਲਿਆ ਸੀ ਮੈਂ ਛੋਟਾ ਸੀ ਕਾਫੀ ਉਦੋਂ ਤੇ ਉਸ ਤੋਂ ਬਾਅਦ ਦੁਬਾਰਾ ਮੁਲਾਕਾਤ ਨਹੀਂ ਹੋਈ ਤੇ ਉਹ ਵਾਕਿਆ ਦੱਸੋ ਜਦੋਂ ਇੰਡੀਆ ਪਹੁੰਚੇ ਤੇ ਉਹ ਜਦੋਂ ਉਹ ਰਿਪੋਰਟ ਕਰਾਣੀ ਹੁੰਦੀ ਸੀ ਡੇਲੀ ਥਾਣੇ ਦੇ ਵਿੱਚ ਉਹ ਬੜੀ ਇੰਟਰਸਟਿੰਗ ਜੀ ਕਰਾਣੀ ਹੈ ਹਾਂ ਹਾਂ ਉਹ ਐਕਚੁਅਲੀ ਉਸ ਟਾਈਮ ਸਾਡੇ ਦਾਦਾ ਜੀ ਉੱਥੇ ਕਾਲਕਾ ਜਗ੍ਹਾ ਹੈ ਕਿ ਚੰਡੀਗੜ੍ਹ ਦੇ ਕੋਲ ਉੱਥੇ ਰਹਿੰਦੇ ਸੀਗੇ ਤੇ ਸੋ ਉਹਨਾਂ ਕੋਲ ਆਏ ਤਾਇਆ ਜੀ ਸਾਡੇ ਤੇ ਜਦੋਂ ਇੱਥੇ ਵੀ ਹੁੰਦਾ ਉੱਥੇ ਵੀ ਹੁੰਦਾ ਵੀ ਜਦੋਂ ਇੰਡੀਆ ਪਾਕਿਸਤਾਨ ਤੋਂ ਕੋਈ ਬੰਦਾ ਜਾਂਦਾ ਉਹ ਰੋਜ਼ ਰਾਤੀ ਰਿਪੋਰਟ ਕਰਨੀ ਹੁੰਦੀ ਵੀ ਹਾਂ ਮੈਂ ਹਾਲੇ ਇੱਥੇ ਹੀ ਆ ਗਿਆ ਕਿ ਆਣੀ ਕਿਧਰੇ ਤੇ ਜਿਹੜੇ ਸਾਡੇ ਤਾਇਆ ਜੀ ਸੀਗੇ ਇਹ ਪੁਲਿਸ ਵਿੱਚ ਸੀਗੇ ਇੱਥੇ ਕਰਾਚੀ ਵਿੱਚ ਤੇ ਥੋੜੇ ਰੋਬ ਵਾਲੇ ਵੀ ਸੀ ਥੋੜੇ ਗੁੱਸਾ ਵੀ ਉਹਨਾਂ ਨੂੰ ਛੇਤੀ ਫ ਤੇ ਉਹ ਉੱਥੇ ਥਾਣੇ ਗਏ ਕਲਕਾ ਤੇ ਉੱਥੇ ਜਾ ਕੇ ਰਿਪੋਰਟ ਕੀਤੀ ਕਿ ਹਾਂਜੀ ਕੀ ਨਾਮ ਹੈ ਕਹਿੰਦੇ ਸ਼ੇਖ ਮੁਹੰਮਦ ਇਸਮਾਇਲ ਖਾਂ ਕਹਿੰਦੇ ਪਿਤਾ ਦਾ ਨਾਮ ਕਹਿੰਦੇ ਸਰਦਾਰ ਸੋਨ ਸਿੰਘ ਮਲੋਤਰਾ ਤੇ ਜਿਹੜਾ ਪੁਲਿਸ ਵਾਲਾ ਬੰਦਾ ਸੀ ਥੋੜਾ ਇੱਧਰ ਦੇਖ ਕੇ ਨਾ ਥੋੜਾ ਜਿਹਾ ਇਹ ਕਿੱਦਾਂ ਹੋ ਸਕਦਾ ਹੈ ਤੁਹਾਡਾ ਨਾਮ ਸ਼ੇਖ ਮੁਹੰਮਦ ਇਸਮਾਇਲ ਖਾਂ ਤੇ ਤੁਹਾਡੇ ਪਿਤਾ ਦਾ ਨਾਮ ਸਰਦਾਰ ਸੋਨ ਸਿੰਘ ਮਲੋਤਰਾ ਇੱਕ ਹਾਂ ਇਹ ਕਿੱਦਾਂ ਹੋ ਸਕਦਾ ਤੇ ਉਹ ਥੋੜੇ ਗੁੱਸੇ 'ਚ ਕਿੱਦਾਂ ਨਹੀਂ ਹੋ ਸਕਦਾ ਉਹ ਮੇਰੇ ਪਿਤਾ ਜੀ ਨੇ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਪਿਤਾ ਜੀ ਨੇ ਤੇ ਸੋ ਸੀ ਵਾਕਿਆ ਉਸ ਹੁੰਦੇ ਹੁੰਦੇ ਸੀ ਉਹਨਾਂ ਤੋਂ ਬਾਅਦ ਵਿੱਚ ਤੇ ਸੋ ਬੜੀ ਖੁਸ਼ੀ ਹੋਈ ਜੀ ਅਸੀਂ ਆਏ ਆ ਇੱਥੇ ਇੰਨੇ ਸਾਲਾਂ ਦੀ ਸੱਦਰ ਸੀਗੀ ਮਨ ਦੇ ਵਿੱਚ ਕਿ ਆਣਾ ਹੈ ਸੀ ਇੱਥੇ ਆਪਣੇ ਪਿੰਡ ਦੇ ਮੇਲੇ ਜਿੱਥੇ ਸਾਡੇ ਪੁਰਖ ਵਸਦੇ ਸੀ ਜਾ ਕੇ ਦੇਖਾਂਗੇ ਸੋ ਅੱਜ ਅਸੀਂ ਉਸ ਧਰਤੀ ਦੇ ਕੋਲ ਪਹੁੰਚੇ ਆਂ ਵੀਰ ਜੀ ਕਿਦਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਅਸੀਂ ਖੁਰੇ ਸੱਚ 47 ਦੀ ਔਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਪ੍ਰੋਗਰਾਮ ਕਰਦੇ ਆਂ ਉਹਦੇ ਚ ਤੁਸੀਂ ਲੋਕਾਂ ਨੂੰ ਮਿਲਦੇ ਦੇਖਿਆ ਸੀ ਮੇਰੀਆਂ ਕਾਲਾਂ ਕਰਦੇ ਦੇਖਿਆ ਸੀ ਮੈਂ ਲੋਕਾਂ ਨੂੰ ਕਾਲ ਕਰਵਾਣਾ ਵਾਂ ਲਾਇਵ ਉਹ ਕਿਤੇ ਵੀ ਹੋਣ ਤੇ ਆਪਸ ਦੇ ਵਿੱਚ ਖਾਨਦਾਨ ਦੇ ਵਿੱਚ ਤੇ ਤੁਹਾਨੂੰ ਕਿੱਦਾਂ ਫੀਲ ਹੋ ਰਿਹਾ ਕਿ ਤੁਸੀਂ 75 ਸਾਲ ਬਾਅਦ ਪਹਿਲੀ ਵਾਰ ਪਾਕਿਸਤਾਨ ਦੀ ਧਰਤੀ ਤੇ ਜਾਂ ਆਪਣੀ ਪੁਰਖਾਂ ਦੀ ਧਰਤੀ ਤੇ ਦੁਬਾਰਾ ਆਏ ਤੇ ਇੱਕ ਜਿਹੜਾ ਇੰਡੀਆ ਵਿੱਚ ਸਾਰਾ ਪਰਿਵਾਰ ਸੀਗਾ ਉਹਦੇ ਚੋਂ ਮੈਂ ਪਹਿਲਾ ਇਨਸਾਨ ਜਿਹੜਾ ਇੱਧਰ ਪਾਕਿਸਤਾਨ ਆਇਆ ਹੈ ਪਰਿਵਾਰ ਨੂੰ ਮਿਲਣ ਸੋ ਉਦੋਂ ਉਹਨਾਂ ਨੇ ਟਰੈਵਲ ਕੀਤਾ ਇੱਕ ਦੋ ਵਾਰੀ ਫਿਰ ਉਹਨਾਂ ਦੇ ਵਾਈਫ ਨੇ ਟਰੈਵਲ ਕੀਤਾ ਸੋ ਇੱਕ ਦੋ ਬੰਦੇ ਮਿਲੇ ਉੱਧਰ ਜਾ ਕੇ ਬਟ ਹੁਣ ਮੈਂ ਜਦੋਂ ਆਇਆ ਤੇ ਮੈਂ ਜਦੋਂ ਦੇਖਿਆ ਇਹ ਸੱਤ ਭੈਣ ਭਰਾ ਨੇ ਅੱਗੇ ਬੱਚੇ ਨੇ ਬੱਚਾ ਪੋਤਰੇ ਨੇ ਪੋਤਰੀਆਂ ਨੇ ਟੋਟਲ ਆਊਟ ਮੇਕਅਪ ਪੈ 35 35 32 ਬੰਦੇ ਸੀਗੇ ਟੋਟਲ ਤੇ ਮੈਨੂੰ ਇੰਨਾ ਪਿਆਰ ਮਿਲਿਆ ਸਾਰਿਆਂ ਤੋਂ ਇੰਨਾ ਪਿਆਰ ਮਿਲਿਆ ਮੈਂ ਦੱਸ ਨਹੀਂ ਸਕਦਾ ਰੋਜ਼ ਮੈਨੂੰ ਮੈਂ ਉੱਥੋਂ ਮੈਂ ਰਿਹਾ ਕਰਾਚੀ ਤੋਂ ਮੈਨੂੰ ਆ ਕੇ ਹੌਲਮੋਸਟ ਹਫਤਾ 10 ਦਿਨ ਹੋ ਗਏ ਨੇ ਆਇਆ ਰੋਜ਼ ਮੈਨੂੰ ਸਾਰਿਆਂ ਦੇ ਫੋਨ ਆਉਂਦੇ ਨੇ ਕਿ ਤੁਸੀਂ ਖੈਰੀਆ ਚੋ ਸਭ ਠੀਕ ਠਾਕ ਹੈ ਕੋਈ ਦਿੱਕਤ ਨਹੀਂ ਸੋ ਇੰਨਾ ਚੰਗਾ ਲੱਗਦਾ ਹੈ ਇੰਨਾ ਇਮੋਸ਼ਨਲ ਹੋ ਜਾਂਦਾ ਬੰਦਾ ਜਦੋਂ ਯੂ نو ਇੰਨਾ ਪਿਆਰ ਮਿਲਦਾ ਕਿ ਕਦੀ ਅਸੀਂ ਕਿਸੇ ਨੂੰ ਦੇਖਿਆ ਨਹੀਂ ਸੀ ਸੁੰਦੇ ਸੇ ਇੱਕ ਦੂਜੇ ਬਾਰੇ ਪਰ ਜਦੋਂ ਮਿਲੇ ਆ ਤੇ ਉਹ 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 ਰਿਸ਼ਤਾ ਖੂਨ ਦਾ ਹੈਗਾ ਨਾ ਸਾਂਝਾ ਤੇ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਹੈ ਜੀ ਪਰ 75 ਸਾਲ ਦਾ ਗੈਪ ਇਹ 75 ਸਾਲ ਦੇ ਦਰਸੀ ਤੇ ਮੈਨਾਂ ਪਾਉਣਾ ਮਾਈਕ ਯੂਜ਼ ਕਰਕੇ 75 ਸਾਲ ਜਿਹੜਾ ਇਹ ਬਹੁਤ ਵੱਡਾ ਹਰਸਾ ਹੈ ਤੇ ਇਹ ਬਾਬਾ ਜੀ ਤੇ ਇਹਨਾਂ ਦੀ ਮਿਹਰਬਾਨੀ ਹੈ ਸ਼ਾਇਦ ਸ਼ਬੀਰ ਸਾਹਿਬ ਦੀ ਕਿ ਜਿਹੜੇ ਤੁਹਾਨੂੰ 75 ਸਾਲਾਂ ਤੋਂ ਬਾਅਦ ਤੁਹਾਡਾ ਇੱਕ ਸੰਗਮ ਹੋ ਰਿਹਾ ਤੁਹਾਡੀ ਮੁਲਾਕਾਤ ਹੋ ਰਹੀ ਹੈ ਤੇ ਜ਼ਾਹਰੇ ਉਸਲੇ ਤੁਹਾਡੇ ਜ਼ਿਹਨ ਵਿੱਚ ਉਹਨਾਂ ਦੇ ਜ਼ਿਹਨ ਵਿੱਚ ਤਸਵਰ ਵਿੱਚ ਬੜੇ ਖਾਬ ਤੇ ਬੜੀਆਂ ਚੀਜ਼ਾਂ ਜਿੱਥੇ ਤੱਕ ਤੁਹਾਡੀ ਸੋਚ ਜਾਂ ਸਾਡੀ ਸੋਚ ਕੰਮ ਕਰਦੀ ਏ ਉੱਥੇ ਤੱਕ ਤੋਂ ਪੂਰੀਆਂ ਪਿਕਚਰਾਈਜ਼ ਹੋ ਜਾਣਾ ਉਸੀ ਪੂਰਾ ਨਕਸ਼ਾ ਬਣ ਜਾਣਾ ਉਸੀ ਅਸੀਂ ਗੱਲ ਕਰਦੇ ਹਾਂ ਜੀ ਆਪਣਾ ਜਿਹੜੇ ਭਾਈ ਸਾਹਿਬ ਨੇ ਆਪਣੇ ਆ ਵਾਸੀਫ ਮਲਹੋਤਰਾ ਜੀ ਉਹਨਾਂ ਨਾਲ ਗੱਲ ਕਰਦੇ ਕਿ ਦੇਖੋ ਤੁਸੀਂ ਇੱਕ ਸਿੱਖ ਵੀਰ ਦੀ ਗੱਲ ਸੁਣੀ ਮੈਂ ਕਹਿਣਾ ਹੁਣਾ ਕਾਣੀ ਵੰਡ ਪੰਜਾਬ ਦੀ ਕਾਣੀ ਵੰਡ ਕਿਉਂ ਹੈ ਕਿ ਇੱਕ ਅੱਖ ਬੰਦ ਕਰਕੇ ਵੰਡ ਕਰ ਦਿੱਤੀ ਗਈ ਔਰ ਇਹ ਸਕੂਲ ਦਾ ਬਹੁਤ ਵੱਡਾ ਰੋਲ ਰਿਹਾ ਹੈ ਪਾਰਟੀਸ਼ਨ ਆਫ ਪੰਜਾਬ ਦੇ ਵਿੱਚ ਅੱਜ ਮੈਂ ਉਸ ਥਾਂ ਤੇ ਬੈਠ ਕੇ ਪ੍ਰੋਗਰਾਮ ਕਿਉਂ ਕਰ ਰਿਹਾ ਬੀਇੰਗ ਅ ਪੰਜਾਬੀ ਮੇਰਾ ਕਲੇਜਾ ਫਟਦਾ ਜਦੋਂ ਪੰਜਾਬ ਨੂੰ ਪਹਿਲੇ ਦੋ ਹੁੰਦਾ ਔਰ ਉਸ ਤੋਂ ਬਾਅਦ ਪੰਜ ਟੋਟੇ ਹੁੰਦਾ ਦੇਖਦਾ ਮਾਂ ਤੇ ਮੇਰੀਆਂ ਅੱਖਾਂ ਚੋਂ ਨੀਰ ਵਗਦੇ ਨੇ ਦਿਨ ਰਾਤ ਪਿਛਲੇ ਦਿਨਾਂ ਚ ਜਦੋਂ ਦੀਪ ਸਿੱਧੂ ਦੀ ਡੈਥ ਹੋਈ ਐ ਐਕਸੀਡੈਂਟ ਦੇ ਨਾਲ ਤਾਂ ਉਸ ਦਿਨ ਦਾ ਬਹੁਤ ਦਿਲ ਉਹਦੀਆਂ ਪ੍ਰਾਣੀਆਂ ਸਪੀਚਿਸ ਕਿਉਂਕਿ ਮੈਂ ਤਾਂ ਸਾਰੀਆਂ ਦੇਖੀਆਂ ਹੋਈਆਂ ਸਨ ਕਿ ਉਹਨੇ ਕਿਹਾ ਸੀ ਕਿ ਮੈਂ ਫਿਲਮ ਛੱਡ ਦਿੱਤੀ ਮੈਂ ਘਰ-ਬਾਰ ਛੱਡ ਦਿੱਤਾ ਫਰੈਂਡਸ ਛੱਡ ਦਿੱਤੇ ਹੁਣ ਤੁਸੀਂ ਅਗਰ ਕਹੋ ਤੇ ਮੈਂ ਪੰਜਾਬ ਦੀ ਖਾਤਰ ਦੁਨੀਆ ਛੱਡ ਦਵਾਂ ਤੇ ਠੀਕ 7 ਮਹੀਨਿਆਂ ਬਾਅਦ ਉਸ ਵੀਰ ਦੇ ਬਚਨ ਜਿਹੜੇ ਨੇ ਪੂਰੇ ਹੋ ਗਏ ਜੋ ਉਹਨੇ ਮੂੰਹ ਤੋਂ ਬੋਲਿਆ ਕਿ ਮੈਂ ਚਲੇ ਜਾਵਾਂ ਸੋ ਪਤਾ ਨਹੀਂ ਕੀ ਗੱਲ ਹੈ ਕਿ ਪੰਜਾਬੀਆਂ ਦੀ ਕਿਸਮਤ ਦੇ ਵਿੱਚ ਪਾੜੇ ਡਿਵੀਜ਼ਨ ਪਾਰਟੀਸ਼ਨ ਕੱਲੂ ਘਾਰੇ ਕਦੀ ਨੀਲੇ ਤਾਰੇ ਕਦੀ ਕਾਲੇ ਤਾਰੇ ਪਤਾ ਨਹੀਂ ਕੀ ਕੀ ਚੱਲ ਰਿਹਾ ਔਰ ਕਦੋਂ ਤੱਕ ਚੱਲਣਾ ਹੈ ਰੱਬ ਜਾਣਦਾ ਹੈ ਤੇ ਗੱਲ ਕਰਦੇ ਆ ਵਾਸੂ ਭਾਈ ਨਾਲ ਕਿ ਵਾਸੂ ਭਾਈ ਨੂੰ 75 ਸਾਲ ਬਾਅਦ ਆਪਣੇ ਹੀ ਵਿਛੜੇ ਹੋਏ ਖਾਨਦਾਨ ਦੇ ਜਦੋਂ ਲੋਕ ਮਿਲੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਵਾਸੂ ਭਾਈ ਜਦੋਂ ਭਾਈ ਸਾਹਿਬ ਇੱਥੇ ਆ ਰਹੇ ਸਨ ਰਾਵਲਪਿੰਡੀ ਸਾਡੇ ਆਣ ਤੋਂ ਵੀ ਦੋ ਦਿਨ ਪਹਿਲੇ ਇੱਥੇ ਪਹੁੰਚ ਗਏ ਹਾਲਾਂਕਿ ਇਹਨਾਂ ਕੋਲੋਂ ਹੀ ਹੋ ਕੇ ਆਏ ਨੇ ਇਹਨਾਂ ਕੋਲ ਹੀ ਠਹਿਰੇ ਹੋਏ ਸੀ ਇਹਨਾਂ ਕੋਲ ਤਿੰਨ ਦਿਨ ਵੀ ਨਹੀਂ ਸਬਰ ਹੋਇਆ ਫਿਰ ਦੁਬਾਰਾ ਸਾਡੇ ਪਿੱਛੇ ਜਿਹੜੇ ਨੇ 라ਵਲਪਿੰਡੀ ਪਹੁੰਚ ਗਏ ਨੇ 라ਵਲਪਿੰਡੀ ਪਹੁੰਚ ਕੇ ਪਰਸੋਂ ਦੀ ਇੰਨੀ ਬੇਤਾਬੀ ਮੈਂ ਸਮਝ ਸਕਦਾ ਵਾਂ ਕਹਿੰਦੇ ਨੇ ਕਿ ਖੂਨ ਨੂੰ ਖੂਨ ਦੀ ਕشش ਹੁੰਦੀ ਹੈ ਖਿੱਚ ਬੈਂਦੀ ਹੈ ਤੇ ਉਹ ਖੂਨ ਦੀ ਜਿਹੜੀ ਕشش ਹੈ ਉਹ ਆਪਣੀਆਂ ਅੱਖਾਂ ਨਾਲ ਪਹਿਲੀ ਵਾਰੀ ਇਸ ਤਰ੍ਹਾਂ ਮਿਲਾਪ ਕਰਾ ਕੇ ਜਦੋਂ ਸੰਗਤ ਨੇ ਮੈਨੂੰ ਅਮਨ ਦੇ سفیر ਦਾ ਨਾਮ ਦਿੱਤਾ ਸੀ ਕਿ ਸ਼ਾਇਦ ਚਵੀਰ ਅਮਨ ਦਾ سفیر ਤਾਂ ਕਈ ਵਾਰੀ ਦਿਲ ਥੋੜਾ ਇਹਨਾਂ ਠੰਡਾ ਹੁੰਦਾ ਹੈ ਕਿ ਮੈਂ ਮਿਲਾਉਣ ਵਾਲਿਆਂ ਚੋਂ ਮੈਂ ਵਿਛੋੜਨ ਵਾਲਿਆਂ ਚੋਂ ਨਹੀਂ ਆ। ਮੈਨੂੰ ਰੱਬ ਨੇ ਮਿਲਾਉਣ ਵਾਸਤੇ ਲੋਕਾਂ ਨੂੰ ਇੱਥੇ ਪੈਦਾ ਕੀਤਾ ਹੈ। ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਉਸ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਇਕੱਠਾ ਕਰ ਸਕਾਂ ਜੋੜਨ ਵਾਲਿਆਂ ਚ ਬਣਾ ਰੱਬਾ ਕਦੀ ਤੋੜਨ ਵਾਲਿਆਂ ਚ ਨਾ ਬਣਾ। ਜੀ ਅਸਲਾਮੁਅਲੈਕੁਮ ਵਸੂ ਬਾਈ। ਜੀ ਵੈਲਕਮ ਸਲਾਮ। ਜੀ ਵੈਸੀ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਸ਼ਬੀਰ ਭਾਈ ਇਹ ਆਪकी बड़ी मेहरबानी है कि आपने हमारे बिछड़े हुए दो खानदानों के भाइयों को आपस में मिलाया है और आय आए... आए... ए बिल्कुल सॉरी तेना ए तुसी ए सानु देवा ਭਰਾਵਾਂ ਨੂੰ ਮਿਲਾਇਆ ਠੀਕ ਹੈ ਨਾ ਤੇ ਤੁਸੀਂ ਇਸ ਦੇ ਸਾੜਾ ਬਿਲਕੁਲ ਪੁੱਲ ਦਾ ਕਿਰਦਾਰ ਅਦਾ ਕੀਤਾ ਹੈ ਤੇ ਬੜੀ ਖੁਸ਼ੀ ਹੋਈ ਹੈ ਰਵਿੰਦਰ ਪਾਈ ਨਾਲ ਮਿਲ ਕੇ ਰਵਿੰਦਰ ਪਾਈ ਜਿਹੜੇ ਨੇ ਉੱਥੇ ਗਰਾਜੀ ਸਾਡੇ ਕੋਲ ਆਏ ਸੀ ਠੀਕ ਹੈ ਨਾ ਉੱਥੇ ਸਾਰੀ ਅਸਾਂ ਇਹਨਾਂ ਨੂੰ ਮਿਲੇ ਸੀ ਫੇ ਮੇਰਾ ਦਿਲ ਬਿਲਕੁਲ ਬੇਚੈਨ ਸੀ ਮੈਂ ਕਿ ਕ੍ਰੈਚੀ ਜੁਲੈਨ ਉਹਦੇ ਪੰਜਾਬ ਜੁਲੈਨ ਤੇ ਮੈਂ ਉਹਨੂੰ ਆਪਣਾ ਦਾਦੇ ਦਾ ਘਰ ਦੇਖਾਵਾਂ ਜਿੱਥੇ ਇਹਨਾਂ ਦੇ ਮੇਰੇ ਦਾਦਾ ਸਾਹਿਬ ਪੈਦਾ ਹੋਏ ਸਨ ਜਿੱਥੇ ਇਹਨਾਂ ਦੇ ਵਾਲਿਦ ਮੇਰੇ ਵਾਲਿਦ ਪੈਦਾ ਹੋਏ ਸੀ ਮੈਂ ਡਿਮਿਲੀ ਹਾਈ ਸਕੂਲੀ ਚ ਮਿਡਲ ਪਾਸ ਕਰਕੇ ਫੇ ਮੈਂ ਕ੍ਰੈਚੀ ਟੁਰ ਗਿਆ ਸੀ ਠੀਕ ਹੈ ਨਾ ਤੇ ਮੈਂ ਇਹਨਾਂ ਦੀ ਖਾਤਰ ਜਿਹੜਾ ਉਥੋਂ ਸਿਆਹ ਸਫਰ ਕਰਕੇ ਵਾਲਿਦ ਸਾਹਿਬ ਤੋਂ ਪਹਿਲੇ ਤੁਸੀਂ ਸਿਕ ਨੇਮ ਦੱਸੋ ਫਿਰ ਮੁਸਲਮਾਨ ਨੇਮ ਦੱਸੋ ਜਰਾ ਆ ਐਸ ਸੋਰਿੰਦਰ ਸਿੰਘ ਮਲੋਤਰਾ ਨਾਮ ਸੀ ਮੇਰੇ ਵਾਲਿਦ ਸਾਹਿਬ ਦਾ ਪਹਿਲੇ ਉਸ ਤੋਂ ਬਾਅਦ ਜਿਹੜਾ ਪਾਰਟੀਸ਼ਨ ਹੋਈ ਹੈ ਤਾਂ ਅੱਲਾਹ ਤਾਲਾ ਨੇ ਉਹਨਾਂ ਨੂੰ ਮੁਸਲਮਾਨ ਦਿਸੇ ਮਤਲਬ ਹੈ ਕਿ ਨੇਮਤ ਅਦਾ ਕੀਤੀ ਹੈ ਤੇ ਮੇਰੇ ਵਾਲਿਦ ਸਾਹਿਬ ਜਿਹੜੇ ਅਲ ਹਮਦੁਲਿਲਾ ਮੁਸਲਮਾਨ ਹੋਣ ਅਸਾਂ ਦੇ ਵਾਲਿਦ ਸਾਹਿਬ ਦੋ ਚੋਂ ਅਸੀਂ ਚਾਰ ਪਰਾਵਾ ਤਤਰੇ ਪੈਣਾ ਵਾ ਚਾਰੇ ਪਰਾ ਅਸੀਂ ਸ਼ਾਦੀ ਸ਼ਿਦਾ ਵਾ ਵਾਲਿਦ ਸਾਹਿਬ ਦਾ ਨਾਮ ਦੱਸੋ ਹਾਂ ਵਾਲਿਦ ਸਾਹਿਬ ਦਾ ਨਾਮ ਮੁਹੰਮਦ ਇਸਮਾਇਲ ਸ਼ੇਖ ਠੀਕ ਹੈ ਨਾ ਤੇ ਉਹਨਾਂ ਉਹ ਸਿੰਧ ਪੁਲਿਸ ਵਿੱਚ ਸਰਵ ਕੀਤਾ ਹੈ ਐਜ਼ ਅ ਇੰਸਪੈਕਟਰ ਰਿਟਾਇਰ ਹੋਏ ਸੀ ਉੱਤੇ ਠੀਕ ਹੈ ਨਾ ਤੇ ਅਸੀਂ ਉੱਥੇ ਕਰਾਚੀ ਰਹਿੰਦੇ ਆ ਸਾਰੇ ਤੇ ਜਿਵੇਂ ਲਈ ਸਾੜਾ ਅਬਾਈ گاؤں ਹੈ ਤੇ ਮੁਲਤਰਾ ਸਾਹਿਬ ਜਿਹੜੇ ਅਰਵਿੰਦਰ ਸਾਹਿਬ ਨੇ ਮੇਰੇ ਚਾਚਾ ਜੀ ਭਾਈ ਨੇ ਇਹ ਇੰਡੀਆ ਤੋਂ ਆਏ ਨੇ ਠੀਕ ਹੈ ਨਾ ਤੇ ਇਹਨਾਂ ਨੂੰ ਅਸੀਂ ਉਹ ਖਾਸ ਕਰ ਮੈਂ ਕਰਾਚੀ ਆਇਆ ਕਿ ਮੈਂ ਇਹਨਾਂ ਦੇ ਦਾਦਾ ਰੀ ਤੇ ਮੇਰੇ ਵਾਲੇ ਤੇ ਇਹਨਾਂ ਦੇ ਵਾਲੇ ਜਿਸ ਕਾਰਜ ਪੈਦਾ ਹੋਏ ਸਨ ਉਹ ਇਹਨਾਂ ਨੂੰ ਦਿਖਾਉਣ ਵਾਸਤੇ ਆਇਆ ਹਾਂ ਠੀਕ ਤੇ ਇਹ ਸਾਰਾ ਮੇਰਾ ਉਥੋਂ ਕਰਾਚੀ ਉਹ ਖਾਸ ਕਰ ਇਹਨਾਂ ਨੂੰ ਪ੍ਰੋਟੋਕੋਲ ਦੇਣ ਦਾ ਮਕਸਦ ਇਹ ਸੀ ਕਿ ਮੈਂ ਇਹਨਾਂ ਨੂੰ ਆਪਣਾ ਅਬਾਈ ਗਰਾਉਂ ਦੱਸਾਂ ਕਿਉਂਕਿ ਮੈਂ ਉੱਥੇ ਰਿਹਾ ਹਾਂ ਮੈਂ ਉੱਥੇ ਪੜਨਾ ਰਿਹਾ ਹਾਂ ਠੀਕ ਹੈ ਨਾ ਪ੍ਰਾਇਮਰੀ ਤੋਂ ਲੈ ਕੇ 8ਵੀਂ ਤੱਕ ਮੈਂ ਉੱਥੇ ਪੜਨਾ ਰਿਹਾ ਤੇ ਮੈਨੂੰ ਉਸ ਇਲਾਕੇ ਦਾ ਪੂਰਾ ਚੱਪੇ-ਚੱਪੇ ਦਾ ਪਤਾ ਹੈ ਆਪਣੇ ਆਬਾਵਾ ਆਜ਼ਾਦਿਆਂ ਘਰਾਂ ਨਾਲ ਮੈਨੂੰ ਪਤਾ ਹੈ ਤੇ ਮੇਰੇ ਔਰ ਕਿਸੇ ਭਾਈ ਨੂੰ ਨਹੀਂ ਪਤਾ ਉਹ ਮੇਰੇ ਸਾਰੇ ਕਰਾਈ ਭਾਈ ਜਿਹੜੇ ਨਾ ਕਰਾਚੀ ਪੈਦਾ ਹੋਏ ਨੇ ਉਥਾਈ ਪੱਲੇ ਬੜੇ ਨੇ ਉਥਾਈ ਜਵਾਨ ਹੋਏ ਨੇ ਉਥਾਈ ਨੇ ਸ਼ਾਦੀਆਂ ਕੀਤੀਆਂ ਨੇ ਤੇ ਮੇਰਾ ਵਾਸਤਾ ਇਸ ਧਰਤੀ ਨਾਲ ਬਿਲਕੁਲ ਐਂਜ ਹੈ ਠੀਕ ਹੈ ਨਾ ਤੇ ਇਹ ਤਾਂ ਮਾਰੇ ਮੈਂ ਇਹਨਾਂ ਦੇ ਵਾਸਤੇ ਮਤਲਬ ਹੈ ਕਿ ਇੱਥੇ ਤੇ ਤੁਸੀਂ ਮੈਨੂੰ ਇੱਕ ਗੱਲ ਹੋਰ ਦੱਸੋ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇੱਕ ਪੂਰੇ ਖਾਨਦਾਨ ਵਿੱਚੋਂ ਤੁਹਾਡੇ ਬੂ ਮੁਸਲਮਾਨ ਹੋਏ ਬਾਕੀ ਪੂਰਾ ਖਾਨਦਾਨ ਜਿਹੜਾ ਹੈ ਉਸ ਇੱਕ ਹੈ ਔਰ ਤੁਹਾਡੀਆਂ ਛੇ ਪੂਆ ਪੰਜ ਪੂਆ ਨੇ ਔਰ ਬਾਕੀ ਤੁਹਾਡੇ ਚਾਚਾ ਜੀ ਜਿਹੜੇ ਨੇ ਸਾਰੇ ਉਹਨਾਂ ਦੀ ਆਲ-ਵਲਾਦ ਜਿਹੜੀ ਹੈ ਕੁਲ ਮਿਲਾ ਕੇ ਇਸ ਵੇਲੇ 40-45 ਤੇ ਹੋਣਗੇ 40-45 ਫਰਦ ਜਿਹੜੇ ਨੇ ਉਹ ਬਾਰਡਰ ਤੋਂ ਪਾਰ ਬੈਠੇ ਹੋਏ ਨੇ ਔਰ ਤੁਸੀਂ ਕਦੀ ਖੁਦ ਜਾ ਕੇ ਉਹਨਾਂ ਨੂੰ ਮਿਲੇ ਵੀ ਨਹੀਂ ਔਰ ਤੁਹਾਨੂੰ ਵੀ ਨਹੀਂ ਕਦੀ ਮਿਲਣ ਲਈ ਆਇਆ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਜੀ ਬਿਲਕੁਲ ਬਹੁਤ ਚੰਗਾ ਲੱਗਦਾ ਵਾ ਇਹ ਅੱਲਾਹ ਦੀ ਮਿਹਰਬਾਨੀ ਹੈ ਕਿ ਅੱਲਾਹ ਤਾਲਾ ਨੇ ਮੇਰੇ ਵਾਲਿਦ ਸਾਹਿਬ ਨੂੰ ਇਹ ਤੌਫੀਕ عطا ਕੀਤੀ ਹੈ ਕਿ ਉਹ ਅਲhamdulillah ਉਹਨਾਂ ਕਲਮਾ ਪੜ੍ਹਿਆ ਹੈ ਮੁਸਲਮਾਨ ਹੋਏ ਨੇ ਠੀਕ ਹੈ ਨਾ ਏ ਮੇਰੇ ਵਾਲਿਦ ਸਾਹਿਬ 1981 ਚ ਗਏ ਸੀ ਉੱਥੇ ਮੇਰੀ والدہ ਵੀ ਗਏ ਸੀ ਮੇਰੇ ਵੱਡੇ ਭਾਈ ਜਨ ਵੀ ਗਏ ਸੀ ਮੇਰੀ ਨਿੱਕੀ ਪੈਣ ਵੀ ਗਈ ਸੀ ਇਹ ਸਾਰੇ ਮਿਲ ਕੇ ਆਏ ਸੋ ਇਹ ਜੱਲਾਤੋਂ ਮਿਲ ਕੇ ਆਏ ਤੇ ਇਹਨਾਂ ਨੇ ਬਾਰੇ ਸਾਰਾ ਉਹਨੂੰ ਸਾਨੂੰ ਦੱਸਿਆ ਤੇ ਸਾਨੂੰ ਬੜੀ ਮਤਲਬ ਹੈ ਕਿ ਇੱਕ جستਜੂ ਪੈਦਾ ਹੋਈ ਕਿ ਜ਼ਿੰਦਗੀ ਸਾਨੂੰ ਵੀ ਅੱਲਾਹ ਤਾਲਾ ਕੋਈ ਮੌਕਾ ਦੇਵੇ ਤੇ ਅਸੀਂ ਵੀ ਉੱਥੇ ਜਾ ਵੀਏ ਤੇ ਜਾ ਕੇ ਮਿਲੀਏ ਜਾਂ ਉਹ ਇੱਥੇ ਆਉਣ ਤੇ ਅੱਲਾਹ ਤਾਲਾ ਨੇ ਸ਼ਬੀਰ بھائی ਦੇ ਹਵਾਲੇ ਨਾਲ ਠੀਕ ਹੈ ਨਾ ਇਹਨਾਂ ਦੇ ਮਤਲਬ ਵਸੀਲੇ ਨਾਲ ਇਹਨਾਂ ਨੂੰ ਮਿਲ ਆ ਦਿੱਤਾ ਹੈ 75 ਸਾਲ ਬਾਅਦ ਅਸੀਂ ਮਿਲ ਰਹੇ ਹਾਂ ਰੀਅਲੀ ਵੀ ਆਰ ਵੇਪੀ ਵੈਰੀ ਹੈਪੀ ਠੀਕ ਹੈ ਨਾ اور بڑا ਸਾਨੂੰ ਮਤਲਬ ਹੈ ਕਿ ਜਿਹੜਾ ਉਹ ਪਿਆਰ ਮਿਲ ਰਿਹਾ ਹੈ ਕੀ ਅੱਗੇ ਕੀ ਕਰੋਗੇ ਹੁਣ ਤੁਤੇ ਮਿਲ ਗਏ ਵਿਛੋੜੇ ਖਤਮ ਹੋ ਗਏ ਹੁਣ ਤੁਸੀਂ ਆਪਸ ਦੇ ਵਿੱਚ ਬਿਲਕੁਲ ਅਸੀਂ ਰਾਤ ਬਿਲਕੁਲ ਇਨਸ਼ਾਅੱਲਾ ਰਾਤ ਤੇ ਰਹਾਂਗੇ ਆਪ ਤੇ ਮੇਰੇ ਵੱਡੇ ਭਾਈ ਜਾਨ ਇਹਨਾਂ ਦੇ ਨਾਲ ਪਹਿਲੇ ਵੀ ਰਾਤ ਤੇ ਨਾਲ ਆਏ ਸੀ ਠੀਕ ਹੈ ਨਾ ਇਹਨਾਂ ਦਾ ਟੈਲੀਫੋਨ ਨਾਲ ਲੱਗੇ ਪਿੱਛੇ ਫੇਸਬੁਕ ਤੇ ਔਰ ਟੇਨਾ ਯੂ ਟਿਊਬ ਤੇ ਨਾਲ ਵਾਸਤਾ ਰਿਹਾ ਹੈ ਕਿ ਹਨਾ ਤੇ ਅੰਛਾ ਲਾ ਸੀ ਬਿਲਕੁਲ ਆਖਰੀ ਜ਼ਿੰਦਗੀ ਦਾ ਆਖਰੀ ਸਾਹ ਤੱਕ ਅਸੀਂ ਮਿਲਾਂਗੇ ਅਸੀਂ ਆਪਣੀ ਨਸਲਾਂ ਨੂੰ ਅੱਗੇ ਦੱਸ ਕੇ ਜਾਵਾਂਗੇ ਇਹਨਾਂ ਨੇ ਨਸਲਾਂ ਨੂੰ ਮਿਲਾ ਕੇ ਜਾਵਾਂਗੇ ਤਾਂ ਕਿ ਜਿਹੜਾ ਰਿਸ਼ਤਾ ਸਾਡਾ ਤਾਂ ਕਿਆਮਤ ਕਾਇਮ ਰਹੇ ਵੇ ਅ ਗੱਲ ਕੀਤੀ ਸੀ ਜਿਸ ਤਰ੍ਹਾਂ ਕਿ ਕਾਣੀ ਵੰਡ ਪੰਜਾਬ ਦੀ ਤਾਂ ਕਾਣੀ ਵੰਡ ਪੰਜਾਬ ਦੀ ਕਿਸ ਤਰ੍ਹਾਂ ਸੀ ਉਹ ਤੁਸੀਂ ਦੇਖ ਲਵੋ ਕਿ ਆਪਣੇ ਘਰ ਪਰਦੇਸੀਆਂ ਵਾਂਗੂ ਪਰਤੰ ਦਾ ਅਹਿਸਾਸ ਕਿਉਂ ਹੈ ਮੈਂ 47 ਮਗਰੋਂ ਜੰਮਿਆ ਪਰ ਮੇਰੇ ਪਿੰਡੇ ਲਾਸ ਕਿਉਂ ਹੈ ਤੇ ਸ਼ੀਰਾਜੀ ਦਾ ਇਹ Song ਬਹੁਤ ਹੀ ਟੱਚਿੰਗ ਹੈ ਆਪਾਂ ਕੱਲ ਵੀ ਗਲੀਆਂ ਦੇ ਵਿੱਚ ਪਿੰਡੀ ਦੇ ਇਹ ਗੁੰਗੁਨਾ ਰਹੇ ਸੀ ਤੇ ਨਾਲ-ਨਾਲ ਇਹ ਵੀ ਕਰ ਰਹੇ ਸੀ ਤੇ ਜਾਂ ਉਸ ਤੋਂ ਪਹਿਲੇ ਰਣਜੀਤ ਬਾਵਾ ਨੂੰ ਮੈਂ ਸੁਣਦਾ ਸੀ ਮੈਨੂੰ ਬਾਪੂ ਫੇਰ ਦੱਸ ਗੱਲਾਂ ਲਾਹੌਰ ਦੀਆਂ ਤੇ ਜਿਹੜੇ ਲੋਕ ਇੱਧਰੋਂ ਉੱਧਰ ਗਏ ਔਰ ਉੱਧਰੋਂ ਇੱਧਰ ਆਏ ਉਹ ਪੁਰਾਣੇ ਸਿਟੀਜ਼ ਨੂੰ ਯਾਦ ਹੀ ਕਰਦੇ ਦੁਨੀਆਂ ਤੋਂ ਚਲੇ ਗਏ ਕੱਲ ਪਰਸ ਇੱਕ ਗੱਲ ਹੋ ਰਹੀ ਸੀ ਝਾਂਸੜੇ ਦੀ 3 ਮਹੀਨੇ ਪਹਿਲੇ ਝਾਂਸੜੇ ਦੀ ਗੱਲ ਹੋ ਰਹੀ ਸੀ ਉਸ ਤੋਂ ਪਹਿਲੇ ਹਰਨਾਲ ਦੀ ਗੱਲ ਹੋ ਰਹੀ ਸੀ ਉਸ ਤੋਂ ਪਹਿਲੇ ਅੰਮ੍ਰਿਤਸਰ ਦੀ ਗੱਲ ਹੋ ਰਹੀ ਸੀ ਗੁਰਦਾਸਪੁਰ ਦੀ ਹੋ ਰਹੀ ਸੀ ਬਟਾਲੇ ਦੀ ਹੋ ਰਹੀ ਸੀ ਮੈਂ ਕੀ ਦੱਸਾਂ ਲੋਕ ਜਦੋਂ ਮਿਲਦੇ ਨੇ ਜਦੋਂ ਕਿਸੇ ਨੂੰ ਪੁੱਛੋ ਨਾ ਉਹ ਕਹਿੰਦੇ ਨੇ ਕਿ ਫਲਾਣੇ ਬੰਦੇ ਦੀ ਨਾ ਜ਼ੇਨੀ ਹਾਲਤ ਠੀਕ ਨਹੀਂ ਪਰ ਜਦੋਂ ਉਹਦੇ ਪਿੰਡ ਦੀ ਗੱਲ ਕਰੋ ਤਾਂ 100% ਦੀ ਸੱਚੀਆਂ ਗੱਲਾਂ ਸੁਣਾਉਂਦਾ ਹਾਂ ਆਪਣੇ ਖੂਹਾਂ ਦਾ ਪਤਾ ਆਪਣੇ ਡੰਗਰਾਂ ਦਾ ਪਤਾ ਆਪਣੇ ਘਰ ਦਾ ਪਤਾ ਆਪਣੀ ਮਸਜਿਦ ਦਾ ਪਤਾ ਆਪਣੇ ਬਚਪਨ ਦੇ ਹੜੀਆਂ ਦਾ ਪਤਾ ਹੈ ਲੇਕਿਨ ਬਾਕੀ ਦੁਨੀਆਵੀ ਗੱਲਾਂ ਦੀ ਜਦੋਂ ਗੱਲ ਆਂਦੀ ਹੈ ਤੇ ਉਸ ਵੇਲੇ ਕੀ ਹੈ ਜੀ ਜ਼ਿਹਨੀ ਤوازن ਕੰਮ ਨਹੀਂ ਕਰਦਾ ਤੇ ਇਸ ਵਾਸਤੇ ਮੈਂ ਪੰਜਾਬ ਦੀ ਵੰਡ ਨੂੰ ਕਾਣੀ ਵੰਡ ਕਹਿੰਨਾ ਵਾਂ ਕਿ ਕਾਣੀ ਅੱਖੀ ਦੇ ਨਾਲ ਲਾਰਡ ਮੌਂਟ ਬੈਟਨ ਨੇ ਫੈਸਲਾ ਕਰ ਦਿੱਤਾ ਉਹਨੇ 3 ਦਿਨ ਦੇ ਅੰਦਰ ਅੰਦਰ ਜਦੋਂ ਫੈਸਲਾ ਸੁਣਾਇਆ ਤੇ ਲੱਖਾਂ ਘਰ ਉਜੜ ਗਏ ਲੱਖਾਂ ਪਰਿਵਾਰ ਰੁੱਲ ਗਏ ਕਿੰਨੀਆਂ ਪੈਣਾ ਕਿੰਨੀਆਂ ਧੀਆਂ ਕਿੰਨੀਆਂ ਮਾਵਾਂ ਦੀ ਅਸਮਤ ਜ਼ਰੀ ਹੋਈ ਇਸਤਾਂ ਲੁੱਟੀਆਂ ਗਈਆਂ ਹੱਥ ਪੈਰ ਵੜ ਦਿੱਤੇ ਗਏ ਕਈਆਂ ਦਾ ਤੇ ਅੱਜ ਤੱਕ ਪਤਾ ਹੀ ਨਹੀਂ ਲੱਗਾ ਮੇਰੇ ਖੁਦਾਇਆ ਪੰਜਾਬੀਆਂ ਦੀ ਕਿਸਮਤ ਐਡੀ ਮਾੜੀ ਸੋਨੇ ਦੀ ਛਿੜੀ ਸੋਨੇ ਦੀ ਧਰਤੀ ਸੋਨਾ ਉਗਲਣ ਵਾਲੀ ਜ਼ਮੀਨ ਦੇ ਜਿਹੜੇ ਵਸਨੇਕ ਨੇ ਫੇਰ ਕਵਾਂਗਾ ਕਿ ਉਹਨਾਂ ਦੇ ਪਾੜੇ ਰਹਿ ਗਏ ਉਹਨਾਂ ਲਈ ਪਾਰਟੀਸ਼ਨ ਲੈ ਗਈ ਉਨਾਂ ਲਈ ਕੱਲੂ ਕਾਰੇ ਰਹਿ ਗਏ ਉਹਨਾਂ ਲਈ ਨੀਲੇ ਤਾਰੇ ਰਹਿ ਗਏ ਉਹਨਾਂ ਲਈ ਕਾਲੇ ਤਾਰੇ ਰਹਿ ਗਏ ਉਹਨਾਂ ਵਾਸਤੇ ਕਿੰਨੀਆਂ ਕੁ ਮੁਸ਼ਕਲਾਂ ਹੋਰ ਨੇ ਤੇ ਕੋਸ਼ਿਸ਼ ਕਰੋ ਆਪਸ ਵਿੱਚ ਜੋੜੋ ਤੋੜੋ ਨਹੀਂ ਬਹੁਤ ਜ਼ਿਆਦਾ ਸਾਰੇ ਲੋਕ ਨਫ਼ਰਤ ਫੈਲਾਉਂਦੇ ਨੇ ਪਲੀਜ਼ ਦੁਨੀਆ ਬਹੁਤ ਥੋੜੀ دیر ਵਾਸਤੇ ਹੈ ਇਹ ਲਾਈਫ ਬਹੁਤ ਛੋਟੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਹ ਦੁਨੀਆ ਇੱਕ ਸਟੇਜ ਹੈ ਹਰ ਬੰਦਾ ਆਪਣਾ ਕਿਰਦਾਰ ਅਦਾ ਕਰਕੇ ਉਸ ਤੋਂ ਬਾਅਦ ਆਪਣਾ ਸੀਨ ਖਤਮ ਕਰਕੇ ਉਹ ਚਲਾ ਜਾਏਗਾ ਤੋ ਥੋੜੇ ਦੇਰ ਵਾਸਤੇ ਜਿਹੜਾ ਤੁਹਾਨੂੰ ਵਕਤ ਮਿਲਿਆ ਉਹ ਸੋਨਾ ਕਰੋ ਲੋਕਾਂ ਨੂੰ ਜੋੜੋ ਆਪਸ ਵਿੱਚ ਤੋੜਨ ਵਾਲੇ ਨਾ ਬਣੋ ਥੋੜੀ ਦੇਰ ਬਾਅਦ ਦੁਬਾਰਾ ਆਪਾਂ ਹਾਜ਼ਰ ਹੁੰਨੇ ਆਂ ਦੇਖਦੇ ਰਹੋ ਰੇਡੀਓ ਸੜੇਲਾ